ਡਾਕਟਰ ਭੀਮ ਰਾਓ ਅੰਬੇਦਕਰ ਦੀ ਜਯੰਤੀ ਅੱਜ ਪੂਰੇ ਭਾਰਤ ਵਿੱਚ ਮਨਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਫਰੀਦਕੋਟ 'ਚ ਭਾਰਤੀ ਵਾਲਮੀਕਿ ਧਰਮ ਸਮਾਜ ਵੱਲੋਂ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਨੂੰ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ 'ਚ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ। ਇਹੀ ਨਹੀਂ ਉਹਨਾਂ ਨੇ ਮੈਂਬਰਾਂ ਨਾਲ ਮਿਲ ਕੇ ਕੇਕ ਵੀ ਕੱਟਿਆ ਤੇ ਸਾਰੇ ਸਮਾਜ ਨੂੰ ਵਧਾਈ ਦਿੱਤੀ। ਉਹਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੇ ਜੋ ਸਾਨੂੰ ਸੰਵਿਧਾਨ ਦੀ ਦੇਣ ਦਿੱਤੀ ਹੈ ਉਸ ਨੂੰ ਲੈ ਕੇ ਪੂਰਾ ਦੇਸ਼ ਗਰਵ ਮਹਿਸੂਸ ਕਰਦਾ ਹੈ। ਉੱਥੇ ਭਾਰਤੀ ਵਾਲਮੀਕਿ ਧਰਮ ਸਮਾਜ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਤੇ ਬੁਲਾਰੇ ਜਤਿੰਦਰ ਹੰਸ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਵੱਲੋਂ ਬਣਾਏ ਗਏ ਸੰਵਿਧਾਨ 'ਚ ਹਰ ਧਰਮ ਦੇ ਲੋਕਾਂ ਨੂੰ ਪੂਰਾ ਸਨਮਾਨ ਮਿਲਿਆ। ਇਹੀ ਨਹੀਂ ਉਹਨਾਂ ਇਹ ਵੀ ਕਿਹਾ ਕਿ ਸਾਰਿਆਂ ਦੇ ਹੱਕਾਂ ਲਈ ਇਸ ਸੰਵਿਧਾਨ 'ਚ ਕਾਨੂੰਨ ਬਣਾਏ ਗਏ ਨੇ। ਅੱਜ ਦਾ ਦਿਨ ਜਿੱਥੇ ਖੁਸ਼ੀਆਂ ਭਰਿਆ ਦਿਨ ਹੈ ਤੇ ਉੱਥੇ ਹੀ ਸਾਡੇ ਵਾਸਤੇ ਬੜਾ ਗੌਰਵ ਦਾ ਦਿਨ ਹੈ ਕਿਉਂਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਉਹ ਇੱਕ ਇਹੋ ਜਿਹੇ ਹਿੰਦੁਸਤਾਨ ਦੇ ਸਪੂਤ ਸਨ ਜਿਨ੍ਹਾਂ ਨੇ ਹਿੰਦੁਸਤਾਨ ਦੀ ਕੌਨਸਟੀਟਿਊਸ਼ਨ ਲਿਖੀ ਹੈ। ਸੋ ਜਿਹੜੇ ਕਾਇਦੇ ਕਾਨੂੰਨ ਜਿਹੜੇ ਨਿਯਮ ਜਿਹੜੇ ਕਾਨੂੰਨ ਅੰਦਰ ਆਪਾਂ ਸਾਰੇ ਰਹਿ ਰਹੇ ਹਾਂ ਵੱਸ ਰਹੇ ਹਾਂ ਉਹ ਸਭ ਉਹਨਾਂ ਦੀ ਕਲਮ ਨਾਲ ਲਿਖਿਆ ਗਿਆ। ਸੋ ਮੈਂ ਸਮਝਦਾ ਉਹ ਵਾਕਈ ਭਾਰਤ ਰਤਨ ਸਨ ਜਿਨ੍ਹਾਂ ਨੇ ਸਾਨੂੰ ਆਉਣ ਵਾਲੇ ਸਮੇਂ ਦਾ ਮਾਰਗ ਦਰਸ਼ਨ ਦਿਖਾਇਆ। ਸੋ ਅੱਜ ਦਾ ਦਿਨ ਬੜਾ ਖੁਸ਼ੀਆਂ ਭਰਿਆ ਦਿਨ ਹੈ। ਮੈਂ ਅੱਜ ਜਿੰਨੀ ਸਾਡੀ ਭਾਵਾ ਦਸ ਦੀ ਟੀਮ ਹੈ ਸਾਡੇ ਪ੍ਰਧਾਨ ਜੀ ਓਮ ਪ੍ਰਕਾਸ਼ ਜੀ ਅੱਜ ਇਹਨਾਂ ਨੂੰ ਵਧਾਈ ਦੇਣ ਵਾਸਤੇ ਆਏ ਹਾਂ ਇਹਨਾਂ ਨੂੰ ਮੁਬਾਰਕਬਾਦ ਦੇਣ ਵਾਸਤੇ ਆਏ ਹਾਂ ਕਿ ਅੱਜ ਦੇ ਇਸ ਖੁਸ਼ੀਆਂ ਦੇ ਦਿਹਾੜੇ 'ਚ ਅਸੀਂ ਸਾਰੇ ਇਕੱਠੇ ਹਾਂ ਅਤੇ ਜੋ ਅੱਜ ਹਿੰਦੁਸਤਾਨ ਚੱਲ ਰਿਹਾ ਉਹਦਾ ਬਾਬਾ ਸਾਹਿਬ ਦੇ ਜਿਹੜੇ ਕਲਮ ਹੈ ਉਹਨਾਂ ਦੇ ਲਿਖੇ ਹੋਏ ਕਲਮ ਅਤੇ ਕਾਨੂੰਨ ਅਨੁਸਾਰ ਚੱਲ ਰਿਹਾ। ਸੋ ਖੁਸ਼ੀ ਦਾ ਦਿਨ ਹੈ ਸਾਨੂੰ ਸਾਰਿਆਂ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਮੈਂ ਸਮਝਦਾ ਉਹਨਾਂ ਦੇ ਦੱਸੇ ਹੋਏ ਰਾਹਾਂ 'ਤੇ ਚੱਲਣਾ ਚਾਹੀਦਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਕੰਟਰੀ ਤਰੱਕੀ ਕਰੇ। ਸਰ ਅੱਜ ਵਿਸਾਖੀ ਦਾ ਵੀ ਪਰਵ ਹੈ ਕਿ ਲੋਕਾਂ ਨੂੰ ਕਿਸ ਤਰ੍ਹਾਂ ਦਾ ਸੰਦੇਸ਼ ਦੇਣਾ? ਅੱਜ ਡਬਲ ਡਬਲ ਖੁਸ਼ੀਆਂ ਹੈ। ਵਿਸਾਖੀ ਦਾ ਵੀ ਦਿਨ ਹੈ ਖਾਲਸਾ ਜੀ ਦਾ ਸਿਰਜਣਾ ਦਾ ਦਿਨ ਹੈ ਉਦੋਂ ਡਾਕਟਰ ਸਾਹਿਬ ਦੇ ਜਨਮ ਦਿਨ ਦਾ ਦਿਨ ਹੈ। ਸੋ ਮੈਂ ਤਾਂ ਖਾਸ ਕਰਕੇ ਸਾਰੀ ਸੰਗਤ ਨੂੰ ਵਧਾਈ ਦਿੰਦਾ ਅੱਜ ਵਿਸਾਖੀ ਦੀ ਵੀ ਵਧਾਈ ਦਿੰਦਾ ਅਤੇ ਨਾਲੇ ਪਰਮਾਤਮਾ ਕੋਲ ਅਰਦਾਸ ਕਰਦਾ ਕਿ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਦੇਵੇ ਤਰੱਕੀ ਦੇਵੇ ਸਫਲਤਾ ਦੇਵੇ ਅਤੇ ਪਰਮਾਤਮਾ ਪੰਜਾਬ 'ਤੇ ਅਤੇ ਖਾਸ ਕਰਕੇ ਫਰੀਦਕੋਟ 'ਤੇ ਕਿਰਪਾ ਕਰੇ ਸਿਰ 'ਤੇ ਹੱਥ ਰੱਖੇ ਅਤੇ ਜਿੰਨੇ ਸਾਡੇ ਇੱਥੋਂ ਦੇ ਵਸਨੀਕ ਹੈ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਅੱਜ ਦਾ ਦਿਨ ਬਹੁਤ ਹੀ ਭਾਗਯਸ਼ਾਲੀ ਦਿਨ ਹੈ। ਡਾਕਟਰ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਅੱਜ ਜਨਮ ਦਿਨ ਜਿਹੜਾ ਕਿ ਸੈਲੀਬ੍ਰੇਟ ਕੀਤਾ ਜਾ ਰਿਹਾ ਫਰੀਦਕੋਟ ਵਿਖੇ। ਅੱਜ ਦੇ ਦਿਨ ਅਸੀਂ ਸਾਰੇ ਕੌਮ ਨੂੰ ਸਾਰੇ ਸਮਾਜ ਨੂੰ ਆਹ ਸੰਦੇਸ਼ ਦੇਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਇੱਕ ਸਧਾਰਨ ਜਿਹੇ ਪਰਿਵਾਰ ਵਿੱਚ ਹੋ ਕੇ ਇੰਨੀ ਉੱਚ ਵਿੱਦਿਆ ਪ੍ਰਾਪਤ ਕੀਤੀ ਜਿਸਦਾ ਕਿ ਭਾਰਤ ਦਾ ਸੰਵਿਧਾਨ ਤੱਕ ਰਚ ਦਿੱਤਾ ਅਤੇ ਸਾਨੂੰ ਆਪਣੇ ਬੱਚਿਆਂ ਦੀ ਵੱਲ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਵੱਧ ਤੋਂ ਵੱਧ ਵਿੱਦਿਆ ਦਾ ਜਿਹੜੀ ਆ ਵਿੱਦਿਆ ਦੇ ਕੇ ਉਹਨਾਂ ਨੂੰ ਚੰਗੇ ਸੰਸਕਾਰ ਅਤੇ ਚੰਗੇ ਨਾਗਰਿਕ ਬਣਨ ਦੀ ਪ੍ਰੇਰਣਾ ਦੇਣੀ ਚਾਹੀਦੀ। ਸਰ ਜੀ ਵਿਧਾਇਕ ਕਿਸ਼ਨਦੀਪ ਢਿੱਲੋਂ ਵੀ ਅੱਜ ਤੁਹਾਡੇ ਵਿੱਚ ਆਏ ਸੀਗੇ ਕਿਸ ਤਰ੍ਹਾਂ ਦੀ ਸੈਲੀਬ੍ਰੇਸ਼ਨ ਕੀਤੀ ਗਈ? ਸਰ ਭਾਰਤੀ ਵਾਲਮੀਕ ਧਰਮ ਸਭਾ ਦਿਵਸ ਵੱਲੋਂ ਅੱਜ ਦਾ ਜਿਹੜਾ ਪ੍ਰੋਗਰਾਮ ਸੈਲੀਬ੍ਰੇਟ ਕੀਤਾ ਗਿਆ ਅਸੀਂ ਇੱਥੋਂ ਦੇ ਵਿਧਾਇਕ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਜੀ ਨੂੰ ਬਤੌਰ ਚੀਫ ਗੈਸਟ ਇੱਥੇ ਬੁਲਾਇਆ ਸੀਗਾ। ਉਹਨਾਂ ਨੇ ਆ ਪਰਮ ਦਿੱਤਾ ਹੈ ਕਿ ਵੀ ਜਦੋਂ ਵੀ ਕੌਮ ਅਤੇ ਸਮਾਜ ਨੂੰ ਮੇਰੀ ਲੋੜ ਹੋਏਗੀ ਮੈਂ ਹਮੇਸ਼ਾ ਹੀ ਕੌਮ ਅਤੇ ਸਮਾਜ ਦੇ ਨਾਲ ਹੋਊਂਗਾ ਆਹ ਵਿਸ਼ਵਾਸ ਦਵਾ ਕੇ ਗਏ ਆ। ਇੱਕ ਅੱਜ ਅਸੀਂ ਉਹਨਾਂ ਨਾਲ ਮੰਗ ਕੀਤੀ ਆ ਕਿ ਜਿਹੜਾ ਸਾਡਾ ਡਾਕਟਰ ਭੀਮ ਰਾਓ ਅੰਬੇਡਕਰ ਭਵਨ ਆ ਜਿਹੜਾ ਖਾਸ ਕਰਕੇ ਫਰੀਦਕੋਟ ਦਾ ਉਹਦੀ ਹਾਲਤ ਜ਼ਿਆਦਾ ਠੀਕ ਨਹੀਂ ਹੈਗੀ ਆ ਉਸਨੂੰ ਰੈਨੋਵੇਟ ਹੋਣ ਦੀ ਲੋੜ ਆ ਅਤੇ ਖਾਸ ਕਰਕੇ ਉਹਦੀਆਂ ਕੁਰਸੀਆਂ ਵਗੈਰਾ ਦੀਵਾਰਾਂ ਵੀ ਟੋਟਲੀ ਹੀ ਉਸਦਾ ਕੰਮ ਹੋਣ ਦੀ ਲੋੜ ਹੈ। ਅੱਜ ਅਸੀਂ ਆਪਦੀ ਸੰਸਥਾ ਦੇ ਮਾਧਿਅਮ ਤੋਂ ਭਾਵਾ ਦਸ ਦੇ ਮਾਧਿਅਮ ਤੋਂ MLA ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਦੂਜੇ ਜ਼ਿਲ੍ਹਿਆਂ ਦੇ ਡਾਕਟਰ ਭੀਮ ਰਾਓ ਅੰਬੇਡਕਰ ਭਵਨ ਨੇ ਫਰੀਦਕੋਟ ਦਾ ਵੀ ਇੰਨਾ ਸੁੰਦਰ ਹੀ ਰੈਨੋਵੇਟ ਕੀਤਾ ਜਾਵੇ ਆਹ ਗੱਲਾਂ ਕੀਤੀਆਂ। ਸਭ ਤੋਂ ਪਹਿਲਾਂ ਤਾਂ ਨਾ ਸਿਰਫ ਭਾਰਤ ਦੀ ਬਲਕਿ ਵਿਸ਼ਵ ਦੇ ਸਾਰੇ ਹੀ ਲੋਕਾਂ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜਿਹੜੇ ਕਿ ਨਾ ਸਿਰਫ ਦਲਿਤਾਂ ਦੇ ਬਲਕਿ ਸਾਰੇ ਹੀ ਹਿਊਮੈਨਿਟੀ ਦੇ ਲੀਡਰ ਸਨ ਉਹਨਾਂ ਨੇ ਸਾਰੇ ਹੀ ਇਨਸਾਨੀਅਤ ਦੇ ਲਈ ਕਾਨੂੰਨ ਬਣਾਏ ਸਾਰੇ ਹੀ ਲੋਕ ਸੇਵਾ ਦੇ ਲਈ ਕਾਨੂੰਨ ਬਣਾਏ। ਅੱਜ ਉਹਨਾਂ ਦਾ ਜਨਮ ਹੋਇਆ ਜਨਮ ਮਨਾਇਆ ਗਿਆ 14 ਅਪ੍ਰੈਲ ਨੂੰ ਪਰਮਾਤਮਾ ਦੇ ਹੁਕਮਾਂ ਅਨੁਸਾਰ ਇਸ ਦੁਨੀਆ ਦਾ ਅੰਧਕਾਰ ਦੂਰ ਕਰਨ ਦੇ ਲਈ ਡਾਕਟਰ ਭੀਮ ਰਾਓ ਅੰਬੇਡਕਰ ਦੇ ਨਾਮ ਦਾ ਇੱਕ ਸੂਰਜ
उदय होया सी जिन्हें गरीबी तो लखां करोड़ां ही दलितों नूं और बहुत ही जिहड़े लोग कमज़ोर सन आर्थिक तौर पर उन्हां नूं दलितों तो गरीबा तो गरीबी तो बाहर कढ़िया और इज्जतदार जिंदगी जीन का मौका प्रदान किया। सो असी सल्यूट करते हैं ना सिर्फ डॉक्टर भीम राव अंबेडकर साहब न बल्कि उन्होंने फादर साहब न उन्होंने मदर न उन्होंने सारे परिवार को जिन्हों के मेहनत सदका उन्होंने अथाह गरीबी के भी एक ऐसा विलक्षण कार्य किया जिहड़ा कि रहिंदी दुनिया तक उन्होंने लोग सलाम करनगे उन्होंने याद करनगे उन्हों का मान सम्मान किया जाऊगा। सो दिल की गहराइयों तो एक बार फिर समूह वाल्मीकि समाज और समूह पर समाज वालों समाज के हर कोर्नर वालों उन्होंने असी शत शत नमन करते हैं और नाल ही भारतीय वाल्मीकि धर्म समाज भावादस वालों विसाखी दियाँ तो रमज़ान के महीने की जो दिन शुरुआत हो रही है इस पाक पवित्र संगरात के दिहाड़े दियाँ असी वधाई देने डॉक्टर भीम राव अंबेडकर जी के जन्मदिन के नाल नाल बहुत बहुत शुक्रिया जी। जय भीम जय भारत। उते हुशियारपुर भी बाबा साहेब भीम राव अंबेदकर के जन्म दिवस को धूमधाम नाल मनाया गया। इस दौरान भाजपा आगू अविनाश राय खन्ना ने कहा कि बाबा साहेब वालों संविधान च दिए गए अधिकारों के नाल नाल सानू उन्हां कर्तव्यों का भी पालन करना चाहिए। अज भारत रत्न श्री भीम राव अंबेदकर जी जो भारत संविधान निर्माण कमेटी के अध्यक्ष थे उन्हां दी जयंती है। उस जयंती अज स्पोर्ट्स सैल बीजेपी ने डॉक्टर रमन केज की अगुवाई थले उसनू मनाया उन्होंने बारे उन्होंने जीवन के बारे लोगों दस्या गया चर्चा की गई तो अज सब ने मिलकर कसम खाधी है कि जो बाबा जी का विजन से उन्होंने सोच सी उसनू लोगों तक प्रचार प्रसार करन दी लोड़ है। एक ऐसा संविधान दिता बाबा जी ने जिदे नाल देश किमें चलेगा राज किने चलणगे स्टेट दे अधिकार की ने जिम्मेवारियां राज दी केंद्र दियां की ने नाल नाल जदों समय दे अनुसार फंडामेंटल राइट्स भी दसे गए लेकिन समय दे अनुसार ये लोड़ महसूस हुई कि फंडामेंटल ड्यूटीज़ दी भी लोड़ है तो आर्टिकल 51A उहदे विच फंडामेंटल ड्यूटीज़ की ने साडे जिम्मेवारियां की ने उहदा विख्यान भी कीता है। तो अज इत्थे इह एक प्रोमिस किया गया कि असी सारे जिहड़ियां साडियां जिम्मेवारियां ने ड्यूटीज़ ने उन्हां नूं भी निभाउण दे लई काम करांगे और इस मंदिर दे विच एक ड्यूटीज़ का लिखा हुआ फ्लैक्स वो भी इत्थे लाया जाएगा। मैं अपने वालों तुहाडे राहीं सारे लोगों नूं बेनती करदा कि बाबा साहब वो एक परसन नहीं सी एक व्यक्ति नहीं सी एक वो परसनैलिटी सी एक संस्था सी उन्हां दे हर पहलू नूं सानूं स्टडी करन दी लोड़ है। जो उन्होंने अपने जीवन से समाज में दिता उन्हें याद करने की लोड़ है और इस समाज में एक रखने के लिए इस समाज में इस देश में एक रखने के लिए उन्होंने बहुत बड़ा योगदान सी उन्होंने बहुत बड़ी सोच सी। तो मैं आज के दिन से यही प्रभु के अगे प्रार्थना करदा कि प्रभु उन्होंने आशीर्वाद जोड़ा है वो इस देश से बनया रहे असी सारे इस समाज में एक कट्ठा करके अगे बढ़े। देश दुनिया दी ताज़ा खबरों के लिए हुणे प्ले स्टोर तो डाउनलोड करो पंजाब की आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म के उत्ते उपलब्ध है। फेसबुक के उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ।